ਸੰਬੰਧੀ ਭਾਵੇਂ ਕਿਹਾ ਰਹੇ ਖੂਨ ਦਾ ਕੋਈ ਵੀ ਪਹਿਲਾ ਮਾਲੂਮ ਕਿਹਾ ਰਿਹਾ। ਅਸੀਂ ਇਹ ਬੂਥ 'ਤੇ ਬੈਠਦੇ ਆਏ ਹਾਂ 20 ਸਾਲ ਹੋ ਚੁੱਕੀ ਹੁੰਦਾ। ਸਭ ਤੋਂ ਗਰੀਬ ਬਲੋਕ ਰਹਿੰਦੇ, ਇਹਨਾਂ ਵਾਸਤੇ ਅਸੀਂ ਇੱਕ ਜਾਣੇ ਇੱਕ ਧਰਮਸ਼ਾਲਾ ਬਣਾ ਟੋਪੀ, ਜਿਹਨਾਂ ਵਿੱਚ ਲੜਕੀਆਂ ਦੀ ਸ਼ਾਦੀ ਹੋ। ਇਸ ਸਿਲੈਕਸ਼ਨ 'ਚ ਪਹਿਲੀ ਵਾਰ ਸਾਡੇ ਨਾਲ ਜੋਨੇ ਆਵਲਾ ਜੀ ਤੁਰੇ ਨੇ ਜੀ, ਵੋਟਾਂ ਮੰਗਣ ਆਏ ਨੇ, ਘਰ ਘਰ ਗਏ ਨੇ ਜੀ, ਅਸੀਂ ਹਰੇਕ ਘਰ ਵਿੱਚ ਵੋਟ ਮੰਗਣ ਗਏ ਹਾਂ ਜੀ। ਇੱਕ ਉਸ ਤੋਂ ਪਹਿਲਾਂ ਗੁਰੂ ਸਾਹਿਬ ਦੇ ਟਰੱਕ ਜੋਨ ਦੇ ਪ੍ਰਧਾਨ ਆਏ ਸੀ, ਉਹ ਵੀ ਸਾਡੇ ਨਾਲ ਵਰਕਿੰਗ ਕਰਦੇ ਰਹੇ ਨੇ। ਉਸ ਤੋਂ ਬਾਅਦ ਜੋਨੀ ਆਵਲਾ ਜੀ ਦੋ ਵਾਰੀ ਆਏ ਨੇ, ਪੂਰੇ ਮੁਹੱਲੇ ਦੇ ਇੱਕ ਇੱਕ ਘਰ ਵਿੱਚ ਪਹੁੰਚ ਕੇ ਅਸੀਂ ਨਾਲ ਗਏ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੁਪ੍ਰੀਤ ਕੌਰ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਪ੍ਰੋਗਰਾਮ ਮੇਲ ਮਿਲਾਪ 'ਚ। ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਾਜ਼ਿਲਕਾ ਦੇ ਬਲਾਕ ਜਲਾਲਾਬਾਦ ਦੇ ਵਿੱਚ, ਇੱਕ ਵਾਰ ਫਿਰ ਤੋਂ ਤੁਹਾਨੂੰ ਮਿਲਵਾਉਣ ਜਾ ਰਹੀ ਹਾਂ ਵਾਰਡ ਨੰਬਰ 11 ਦੇ ਬੋਰ ਸਿੰਘ ਜੀ ਦੇ ਨਾਲ, ਜਿਨ੍ਹਾਂ ਨੇ MC ਦੇ ਇਲੈਕਸ਼ਨ ਲਈ ਦਾਅਵੇਦਾਰੀ ਰੱਖੀ ਹੈ, ਤੇ ਉਹਨਾਂ ਤੋਂ ਜਾਣਦੇ ਹਾਂ ਕਿ ਉਹ ਕੀ ਕਰਨਾ ਚਾਹੁੰਦੇ ਆ ਆਉਣ ਵਾਲੇ ਟਾਈਮ ਦੇ ਵਿੱਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ। ਸਰ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਕਿ ਸਿਆਸਤ ਵਿੱਚ ਤੁਸੀਂ ਕਦੋਂ ਆਏ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਿਆਸਤ ਵਿੱਚ ਆਏ ਨੂੰ? ਸਿਆਸਤ 'ਚ ਮੈਡਮ ਮੈਨੂੰ ਤਕਰੀਬਨ 20-25 ਸਾਲ ਹੋਏ ਜੀ। ਇੱਥੋਂ ਦੇ 5 ਇਲੈਕਸ਼ਨ ਦੇ ਬੂਥ ਅਸੀਂ ਸੰਭਾਲੇ ਨੇ ਜੀ। ਜੀ 5 ਇਲੈਕਸ਼ਨ ਦੇ ਬੂਥ ਤੇ ਹਮੇਸ਼ਾ ਅਸੀਂ ਬੈਠਦੇ ਰਹੇ ਹਾਂ ਤੇ ਪੂਰੇ ਮੁਹੱਲੇ ਵਿੱਚੋਂ ਕੋਈ ਵੀ ਬੂਥ ਦਾ ਇੰਚਾਰਜ ਬੰਨੂ ਤਿਆਰ ਨਹੀਂ ਸੀ। ਬੂਥ ਖਾਲੀ ਭਾਵੇਂ ਪਿਆ ਰਹੇ ਜੀ, ਪਰ ਬੂਥ ਦਾ ਕੋਈ ਵੀ ਥੈਲਾ ਸੰਭਾਲ ਨੂੰ ਤਿਆਰ ਨਹੀਂ ਸੀ। ਅਸੀਂ ਇਹ ਬੂਥ ਤੇ ਬੈਠਦੇ ਆਏ ਹਾਂ 20 ਸਾਲ ਹੋ ਤਕਰੀਬਨ ਬੈਠਦੇ। ਲੋਕਾਂ ਨਾਲ ਜੁੜਨ ਦਾ ਸ਼ੌਂਕ ਜੀ, ਸੇਵਾ ਕਰਨ ਦਾ ਸ਼ੌਂਕ ਹੈ ਜੀ, ਚੰਗੇ ਕੰਮ ਕਰਨ ਦਾ ਸ਼ੌਂਕ ਹੈ ਜੀ, ਵੀ ਹਰ ਇਨਸਾਨ ਦੀ ਮਦਦ ਕਰਨਾ ਸਾਡਾ ਧਰਮ ਬਣਦਾ ਜੀ। ਸਰ ਜਿੱਦਾਂ ਕਿ ਤੁਸੀਂ ਦੱਸਿਆ ਕਿ 20 ਸਾਲਾਂ ਤੋਂ ਤੁਸੀਂ ਇਸ ਕਾਂਗਰਸ ਪਾਰਟੀ ਨਾਲ ਜੁਆਇਨਡ ਹੋ, ਠੀਕ ਹੈ, 20 ਸਾਲਾਂ ਵਿੱਚ ਤੁਸੀਂ ਕਿਸ ਕਿਸ ਅਹੁਦੇ ਤੇ ਕੰਮ ਕੀਤਾ? ਪੂਰੇ ਮੁਹੱਲੇ 'ਚ ਜੋ ਵੀ ਮਾੜਾ ਮੋਟਾ ਕੰਮ ਹੁੰਦਾ ਜੀ, ਸੀਵਰੇਜ ਦਾ, ਝਾੜੂ ਦਾ ਜੀ, ਕਿਸੇ ਤਰ੍ਹਾਂ ਦੀ ਕੋਈ ਹੁੰਦਾ ਗਲੀ ਮੁਹੱਲੇ ਦਾ ਜੀ, ਕਿਸੇ ਦਾ ਬਿੱਲ ਰੁਕਾ ਹੁੰਦਾ ਜੀ, ਉਹ ਸਾਰਿਆਂ ਦਾ ਜਿੰਨੀ ਸਾਨੂੰ ਹੈਲਪ ਹੁੰਦੀ ਹੈ ਅਸੀਂ ਉਹਨਾਂ ਦੀ ਕਰਾ ਰਹੇ ਹਾਂ ਜੀ। ਬਿਲਕੁਲ ਸਰ, ਤੁਸੀਂ ਕੀ ਸੋਚ ਕੇ MC ਦੇ ਇਲੈਕਸ਼ਨ 'ਚ ਤੁਸੀਂ ਦਾਅਵੇਦਾਰੀ ਰੱਖੀਏ ਕੀ ਕਰਨਾ ਚਾਹੁੰਦੇ ਹੋ, ਕੀ ਸੁਪਨਾ ਹੈ ਤੁਹਾਡਾ ਕਿ ਮੈਂ ਆਪਣੇ ਵਾਰਡ ਵਿੱਚ? ਕਈ ਵਾਰ ਹੁੰਦਾ ਕਿ ਪਿੱਛੋਂ ਕੋਈ ਕੰਮ ਨਹੀਂ ਹੋਏ ਹੁੰਦੇ ਜਿਹੜੇ ਪੁਰਾਣੇ MC ਹੁੰਦੇ ਆ, ਤੇ ਤੁਸੀਂ ਕੀ ਦੇਖਿਆ ਕਿ ਮੇਰੇ ਵਾਰਡ ਵਿੱਚ ਇਹ ਹੋਣਾ ਚਾਹੀਦਾ ਔਰ ਤੁਸੀਂ ਕਰਨਾ ਚਾਹੁੰਦੇ ਹੋ? ਮੈਡਮ ਪਹਿਲਾਂ ਤਾਂ ਸਾਡੇ ਪੂਰੇ ਮੁਹੱਲੇ 'ਚ ਇੱਕ ਸਭ ਤੋਂ ਗਰੀਬ ਲੋਕ ਰਹਿੰਦੇ ਨੇ ਜੀ। ਬਿਲਕੁਲ। ਇਹਨਾਂ ਵਾਸਤੇ ਅਸੀਂ ਇੱਕ ਜਾਣੇ ਇੱਕ ਧਰਮਸ਼ਾਲਾ ਬਣੇ ਜੀ ਛੋਟੀ ਜੀ, ਜਿਹਨਾਂ ਵਿੱਚ ਲੜਕੀਆਂ ਦੀ ਸ਼ਾਦੀ ਹੋ ਜੀ ਫ੍ਰੀ 'ਚ ਹੋ, ਜਿਵੇਂ ਅੱਜ ਕੱਲ੍ਹ ਲੋਕਾਂ ਦੇ ਪੈਲਸਾਂ ਵਿੱਚ ਸ਼ਾਦੀ ਕਰਾਉਣ ਦਾ ਤਕਰੀਬਨ 30-40 ਹਜ਼ਾਰ ਰੁਪਏ ਦੇਣਾ ਪੈਂਦਾ ਹੈ। ਅਸੀਂ ਚਾਹੁੰਦੇ ਹਾਂ ਵੀ ਉਹ 30-40 ਹਜ਼ਾਰ ਉਹਨਾਂ ਦਾ ਬਚੇ, 30-40 ਹਜ਼ਾਰ ਜੋ ਜਿੰਨਾ ਵੀ ਬਚਦਾ ਹੈ ਉਹ ਆਪਦੇ ਬੱਚੇ ਦੇ ਹੋਰ ਖਾਣ ਪੀਣ ਦੇ ਸਮਾਨ 'ਤੇ ਲਾਇਆ ਜਾਵੇ। ਦੂਸਰਾ ਜੀ, ਸਾਡੇ ਇੱਕ ਮਗਲੇ ਪਾਸੇ ਗੰਦਾ ਨਾਰਾ ਹੈਗਾ ਜੀ, ਹੁਣ ਤਕਰੀਬਨ 50 ਸਾਲ ਦਾ ਉਹ ਨਾਰਾ ਚੱਲਦਾ ਹੈ ਜੀ, ਜਦੋਂ ਦਾ ਅਸੀਂ ਮਤਲਬ ਸੰਭਾਲਿਆ ਅਸੀਂ ਉਹ ਨਾਰਾ ਵੇਖਦੇ ਹਾਂ, ਗੰਦੀ ਬਦਬੂ ਆਉਂਦੀ, ਕਦੇ ਸੀਵਰ 'ਚ ਪਾਇਆ ਜਾਂਦਾ ਹੈ ਅਤੇ ਗੰਦ ਬਿੱਲ ਚੱਲਦਾ ਰਹਿੰਦਾ, ਅਸੀਂ ਕਹਿੰਦੇ ਉਹ ਪੂਰਾ ਹੁਣ ਕਵਰ ਕੀਤਾ ਜਾਵੇ ਜੀ। ਸਾਡੇ ਮੁਹੱਲੇ 'ਚ ਜਿੰਨੇ ਵੀ ਇਲੈਕਸ਼ਨ ਲੜੇ ਜੀ, ਪੂਰੇ ਮੁਹੱਲੇ 'ਚ ਵਰਕਿੰਗ ਕਿਸੇ ਨੇ ਕੀਤੀ ਜੀ, ਕੋਈ ਵੋਟਾਂ ਮੰਗਣ ਨਹੀਂ ਆਉਂਦੇ ਜੀ, ਕਿਸੇ ਵੀ ਵੋਟਾਂ ਤੰਗੀ ਜ਼ਰੂਰ ਨੇ ਜੀ, ਪਰ ਕੋਈ ਵੋਟ ਮੰਗਣ ਨਹੀਂ ਆਉਂਦਾ। ਇਸ ਸਿਲੈਕਸ਼ਨ 'ਚ ਪਹਿਲੀ ਵਾਰ ਸਾਡੇ ਨਾਲ ਜੋਨੇ ਆਵਲਾ ਜੀ ਤੁਰੇ ਨੇ ਜੀ, ਵੋਟਾਂ ਮੰਗਣ ਆਏ ਨੇ, ਘਰ ਘਰ ਗਏ ਨੇ ਜੀ, ਅਸੀਂ ਹਰੇਕ ਘਰ ਵਿੱਚ ਵੋਟ ਮੰਗਣ ਗਏ ਹਾਂ ਜੀ। ਇੱਕ ਉਸ ਤੋਂ ਪਹਿਲਾਂ ਗੁਰੂ ਸਾਹਿਬ ਦੇ ਟਰੱਕ ਜੋਨ ਦੇ ਪ੍ਰਧਾਨ ਆਏ ਸੀ, ਉਹ ਵੀ ਸਾਡੇ ਨਾਲ ਵਰਕਿੰਗ ਕਰਦੇ ਰਹੇ ਨੇ। ਉਸ ਤੋਂ ਬਾਅਦ ਜੋਨੀ ਆਵਲਾ ਜੀ ਦੋ ਵਾਰੀ ਆਏ ਨੇ, ਪੂਰੇ ਮੁਹੱਲੇ ਦੇ ਇੱਕ ਇੱਕ ਘਰ ਵਿੱਚ ਪਹੁੰਚ ਕੇ ਅਸੀਂ ਨਾਲ ਗਏ ਜੀ। ਹਰੇਕ ਕੋਲ ਵੋਟਾਂ ਤਾਂ ਸਾਨੂੰ ਕਿਸੇ ਨੇ ਇਹ ਨਹੀਂ ਕਿ ਤੁਹਾਨੂੰ ਅਸੀਂ ਵੋਟ ਨਹੀਂ ਪਾਵਾਂਗੇ, ਉਹਨਾਂ ਨੇ ਸਾਨੂੰ ਯੈਸ ਕੀਤਾ। ਪਹਿਲੀ ਵਾਰੀ ਕਹਿੰਦੇ ਸਾਡੇ ਮੁਹੱਲੇ 'ਚ ਵੋਟ ਮੰਗਣ ਕੋਈ ਆਇਆ ਜੀ। ਸਰ ਅੱਜ ਦਾ ਇੱਕ ਮੁੱਦਾ ਚੱਲ ਰਿਹਾ ਕਿਸਾਨਾਂ ਨੂੰ ਲੈ ਕੇ, ਜੋ ਕਿ ਮੋਦੀ ਸਰਕਾਰ ਨੇ ਆਰਡੀਨੈਂਸ ਬਿੱਲ ਪਾਸ ਕੀਤੇ ਆ, ਉਹਦੇ ਲਈ ਤੁਸੀਂ ਸਰਕਾਰ ਤੋਂ ਕੀ ਅਪੀਲ ਕਰਦੇ ਹੋ? ਅਸੀਂ ਮੈਡਮ ਇਹ ਕਹਿੰਦੇ ਚਾਹੁੰਦੇ ਹਾਂ ਜੀ, ਮੋਦੀ ਸਰਕਾਰ ਨੇ ਜੋ ਵੀ ਕੀਤਾ ਜੀ, ਕੋਈ ਵੀ ਚੀਜ਼ ਮੋਦੀ ਸਾਹਿਬ ਦੱਸ ਦੇਣ ਵੀ ਜੋ ਕਿਸਾਨਾਂ ਦੇ ਨਹੀਂ ਖਾਂਦੇ ਜੀ, ਖੰਡ, ਦੁੱਧ, ਘਿਓ, ਲੱਸੀ, ਕੋਈ ਵੀ ਚੀਜ਼ ਜੀ ਨਹੀਂ ਬਣੇਗੀ ਜਿਹੜੀ ਕਿਸਾਨਾਂ ਦੀ ਨਹੀਂ ਬਣਦੀ। ਅਮੀਰ ਤੋਂ ਅਮੀਰ ਆਦਮੀ ਵੀ ਕਿਸਾਨ ਦੀ ਬਣੀ ਹੋਈ ਚੀਜ਼ ਖਾਂਦਾ ਹੈ ਜੀ।
कुछ भी है 10 दिन किसान बना लाया तो किसान तो बिना वो खा सकते हैं जी। जे जी चीज किसान पसंद नहीं है जी वो जिन धक्के देने मंजूर नहीं की तो उन्हें क्यों थोपी जाती जी। किसान जो ये आज 3 बिल पास किए गए ने उन्होंने मंजूर नहीं है तो उन्होंने धक्के देखो वो जो पहले कहते खुश हाँ सानू इनकम इन्नी बहुत साड़ी वो कहते दुगनी करते दुगनी सानू चाहिए नहीं उन्होंने तो दुगनी उन्होंने की करके लेने जी। वो 3 बिल उन्होंने डोबन वास्ते बने जी तो ये मोदी अगे कृपा की जाए उन्होंने हाथ जोड़ के बेनती करना कि 3 बिल रद्द कर दें जी। सर जिदा कि तुसी कह रहे हो कि 20 साल तो वर्किंग कर रहे हो और अपने शहर पंजाब दे विच 6 महीने तो 7 महीने तो ऊपर टाइम हो गया कोरोना महामारी ने जो कि पूरे पंजाब छोड़ो पूरे विश्व च फैली हुई है। उस दौरान पंजाब च जिहड़ा 3 महीने लॉकडाउन लगाया गया उस दौरान तुसी लोकां दी सेवा किस तरीके नाल कीती? 3 महीने लॉकडाउन लगा जी इत्थे जी घर विच लोक बंद हो गए जी मोदी सरकार ने थालियां बजाओ मतलियां जगाओ ये लोकां नूं ड्रामे करदा रहे जी। साडे आवला साहब ने तकरीबन पूरे महल्ले 1800 तकरीबन वोट है महल्ले की जी हरेक घरे असी राशन दिता है जी दो राशन दिता जी। कोई घर का एक भी मैंबर नहीं कह सकता जी कोई घर नहीं कह सकता जी सानू राशन नहीं मिलिया पूरे महल्ले यानी कि पूरे शहर में उन्हें राशन वंडिया जी घर घर जाके जी। साडे साहब ने हर गली विच असी गड्डी लैके गए हैं हरेक घरे दरवाजा खड़का के उन्हें घर थैले दियां दो दो थैलियां दे के आए जी। सर एमसी दे इलेक्शन जी तुसी दावेदारी रखी है उस दौरान ਤੁਸੀਂ ਆਪਣੇ ਵਾਰਡ ਦੇ ਲੋਕਾਂ ਨੂੰ ਜਨਤਾ ਨੂੰ ਕੀ ਅਪੀਲ ਕਰਦੇ ਹੋ? ਅਸੀਂ ਇਹ ਕਹਿੰਦਾ ਵੀ ਜਿੰਨੇ ਵੀ ਇੱਥੇ ਐਮਸੀ ਬਣੇ ਨੇ ਪੂਰੇ ਮਹੱਲੇ ਦਾ ਸੁਧਾਰ ਕਿਸੇ ਨੇ ਕੀਤਾ ਜੀ। ਅਸੀਂ ਚਾਹੁੰਦੇ ਹਾਂ ਜੀ ਆਉਣ ਵਾਲੇ ਟਾਈਮ ਤੇ ਇੱਕ ਅਸੀਂ ਇੰਝ ਮਿਸਾਲ ਪੈਦਾ ਕਰਨੇ ਆ ਚਾਹੁੰਦੇ ਕਿ ਕਾਂਗਰਸ ਪਾਰਟੀ 20 ਸਾਲ ਬਾਅਦ ਇੱਥੇ ਇਲੈਕਸ਼ਨ ਜਿੱਤੀ ਜੀ ਸੀਟ ਜਿੱਤੇ ਨੇ ਜੀ ਤੇ ਅਸੀਂ ਚਾਹੁੰਦੇ ਵੀ ਇਹ ਪੂਰੇ ਮਹੱਲੇ ਦਾ ਯਾਨੀ ਕਿ ਪੂਰੇ ਸ਼ਹਿਰ ਦਾ ਸੁਧਾਰ ਕੀਤਾ ਜਾਵੇ ਜੀ ਤੇ ਉਹ ਅਸੀਂ ਕਹਿੰਦੇ ਸਾਨੂੰ ਟਿਕਟ ਜੇ ਦੇਣਗੇ ਪਾਰਟੀ ਦੇਗੀ ਤਾਂ ਅਸੀਂ ਉਹਨਾਂ ਦੀ ਸੇਵਾ ਜ਼ਰੂਰ ਕਰਾਂਗੇ ਜੀ। एसी ब्लॉक जलालाबाद के वार्ड नंबर 11 के विच बोर सिंह जी जिन्होंने साडे प्रश्नों के उत्तर बड़े ही बेबाकी ना दिते ऐसे तरह मिलवाते रहेंगे होर हस्तियों के साथ। सत श्री अकाल।